गल करां तां जिहड़ी इह स्कीम चलाई आ इह मोदी सरकार ने क्यों चलाई है, इन्हां दा एक संस्था बनाई है इन्होंने, एक आर एस एस नूं इह ट्रेनिंग ओपन दे विच नहीं दे सकदे। इहदी आर दे विच आपदे आर एस एस दे जिहड़े नुमाइंदे हैगे आ उहनां नूं इह ट्रेनिंग देणगे, ट्रेनिंग दे के उहनां नूं हथियार सिखाउणगे, उहनां नूं लाठी चलाउणी सिखाउणगे, हर तरह की ट्रेनिंग फौज दे विचों लै के उन्होंने मुड़ के आर एस एस दे विच भर्ती करनगे। नंबर दो जिहड़े इन्हां दे गल वखड़ी यार है इन्हां दे जिन्हां ने इन्हां दी इहदी सरकार बनाई सीगी अडवानी, उन्होंने जिन्हें सैलो बने हैं जां सैलर बने हैं जां होर चीज़ां बनिया उन्होंने विच इह साडे अग्निवीर नूं सिक्योरिटी गार्ड के तौर के उत्ते वरतन गए, क्योंकि साडे लखां दे विच साडे अग्निवीर जिहड़े चार सालों बाद ऑपरेशन आ जाणगे, ਉਹ ਜਦੋਂ ਬੇਰੁਜ਼ਗਾਰ ਹੋ ਗਏ ਉਹਨਾਂ ਦਾ ਆਪਦਾ ਘਰ ਦਾ ਚੁੱਲ੍ਹਾ ਚਲਾਉਣ ਵਾਸਤੇ ਉਹ ਕੀ ਕਰਨਗੇ, ਇਹਨਾਂ ਦੇ ਸੈਲਵਾਂ ਦੇ ਵਿੱਚ, ਇਹਨਾਂ ਦੇ ਸੈਲਰਾਂ ਦੇ ਵਿੱਚ, ਇਹਨਾਂ ਦੀਆਂ ਕੋਠੀਆਂ ਦੇ ਮੂਹਰੇ ਜਾ ਕੇ ਉਹ ਗਨਮੈਨ ਦੇ ਤੌਰ 'ਤੇ ਜਾਂ ਸਿਕਿਉਰਿਟੀ ਗਾਰਡ ਦੇ ਤੌਰ 'ਤੇ ਉਹ ਖੜਨਗੇ। ਇਹਨਾਂ ਦੀ ਪਾਲਿਸੀ ਹੈ, ਇਹ ਹੈ, ਇਸ ਕਰਕੇ ਇਹਨਾਂ ਨੇ ਇਹ ਸਕੀਮ ਬਣਾਈ ਹੈ। ਦੇਖੋ ਜੀ, ਪਹਿਲਾਂ ਤਾਂ ਤੁਹਾਡੇ ਅਸੀਂ ਚੈਨਲ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਤੁਸੀਂ ਅੱਜ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੀ ਦੀ ਜੋ ਡੈੱਡ ਬਾਡੀ ਨਾਲ ਖਲਵਾੜ ਹੋਇਆ ਉਹਦੇ ਵਾਸਤੇ ਤੁਸੀਂ ਅੱਜ ਸਾਨੂੰ ਕਵਰ ਕਰਨ ਵਾਸਤੇ ਆਏ ਕਿ ਜੋ ਅਸੀਂ ਮਲੋਟ ਗੁਰੂ ਨਾਨਕ ਚੌਂਕ 'ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਅਸੀਂ ਧਰਨਾ ਰੱਖਿਆ 19 ਤਰੀਕ ਨੂੰ ਦਿਨ ਵੀਰਵਾਰ ਨੂੰ 9 ਵਜੇ ਤੋਂ ਲੈ ਕੇ 12 ਵਜੇ ਤੱਕ, ਉਹਨੂੰ ਤੁਸੀਂ ਅੱਜ ਕਵਰ ਕਰਨ ਵਾਸਤੇ ਆਏ, ਸਾਡੇ ਸਾਥੀਆਂ ਨੂੰ ਸੁਨੇਹਾ ਦੇਣ ਵਾਸਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਗੱਲ ਕਰੀਏ ਅਗਨੀਪਥ ਸਕੀਮ ਦੀ, ਇਹ 1.5-2 ਸਾਲ ਤੋਂ ਬਾਅਦ ਜਦੋਂ ਇਹ ਲਾਗੂ ਕੀਤੀ ਸੀਗੀ, ਮੈਂ ਇੱਥੇ ਗੱਲ ਕੋਈ ਲੁਕੋ ਕੇ ਨਹੀਂ ਰੱਖੂੰਗਾ, ਮੈਂ ਸੈਂਟਰ ਸਰਕਾਰ ਦੀ ਨਿਖੇਧੀ ਕਰਦਾ ਕਿ ਜਦੋਂ ਸਾਡੇ ਇੱਕ ਜਨਰਲ ਸਾਹਿਬ ਜਹਾਜ਼ ਦੇ ਵਿੱਚ ਜਾਂਦੇ ਹੋਏ ਜਹਾਜ਼ ਕਰੈਸ਼ ਹੋ ਗਿਆ ਸੀਗਾ, ਇਹ ਸਾਰੀ ਉਹਦੀ ਦੇਣ ਹੈ, ਉਹਨੂੰ ਤਾਂ ਉਸ ਚੀਜ਼ ਦਾ ਰਿਜ਼ਲਟ ਮਿਲ ਗਿਆ, ਵਿਪਨ ਰਵਾਤ ਨੂੰ ਤਾਂ ਰਿਜ਼ਲਟ ਮਿਲ ਗਿਆ ਇਸ ਸਕੀਮ ਤਿਆਰ ਕਰਨ ਵਾਸਤੇ, ਪਰ ਸਾਡੇ ਅੰਦਰ ਗੁੱਸਾ ਹੈ ਜਵਾਨਾਂ ਦੇ ਅੰਨੀ, ਕਿਉਂਕਿ ਜਦੋਂ ਇਹ ਸਕੀਮ ਮੋਦੀ ਸਰਕਾਰ ਬਣਾਉਣ ਲੱਗੀ ਸੀਗੀ ਉਹਨਾਂ ਨੇ ਅਫਸਰਾਂ ਨੂੰ, ਇਸ ਸਾਡੇ 3 ਜਨਰਲ ਹੁੰਦੇ ਆ, ਇੱਕ ਸਾਡਾ ਇਨਫੈਂਟਰੀ ਦਾ ਵੱਡਾ ਜਨਰਲ, ਉਹਨਾਂ ਨੂੰ ਤਾਂ ਬਹਾ ਕੇ ਇਹਨਾਂ ਨੇ ਮੀਟਿੰਗ ਮੋਦੀ ਸਰਕਾਰ ਨੇ ਕਰ ਲਈ ਵੀ ਆਹ ਸਕੀਮ ਅਸੀਂ ਲਾਗੂ ਕਰਦੇ ਹਾਂ, ਉਹਨਾਂ ਨੇ ਹਾਮੀ ਭਰਤੀ, ਪਰ ਸਾਡੇ ਜਵਾਨ ਭਰਤੀ ਕਰਨ ਵਾਸਤੇ ਇਹਨਾਂ ਨੇ ਅਗਨੀਵੀਰ ਦੀ ਅਗਨੀਪਥ ਦੀ ਸਕੀਮ 'ਚ ਲਾ ਕੇ ਅਗਨੀਵੀਰ ਭਰਤੀ ਸ਼ੁਰੂ ਕਰਤੇ, ਪਰ ਉਹਦੇ 'ਚ ਅਫਸਰ ਭਰਤੀ ਕਰਨ ਵਾਸਤੇ ਇਹ ਸਕੀਮ ਲਾਗੂ ਕਿਉਂ ਨਹੀਂ ਕੀਤੀ ਗਈ? ਉਹ ਅਫਸਰ ਭਰਤੀ ਹੋ ਕੇ 60 ਸਾਲ ਦੀ ਨੌਕਰੀ ਕਰਕੇ ਆਉਂਦੇ ਆ, ਕਿਉਂ ਸਾਨੂੰ 4 ਸਾਲ ਵਾਸਤੇ ਅਗਨੀਵੀਰ ਭਰਤੀ ਕਰ ਰਹੇ ਆ, ਉਹੀ ਅਗਰੋਲ ਕਰਕੇ 60 ਸਾਲ ਦੀ ਨੌਕਰੀ ਕਰਕੇ ਆਉਂਦੇ ਆ, ਕਿਉਂ? ਇਹਦੇ ਵਿੱਚ ਵੀ ਸਾਡੇ ਨਾਲ ਬਹੁਤ ਵੱਡਾ ਮਤਭੇਦ ਰੱਖਿਆ ਗਿਆ ਜਵਾਨਾਂ ਵਾਸਤੇ, ਇਹਦਾ ਵੀ ਸਾਨੂੰ ਬਹੁਤ ਮੋਦੀ ਸਰਕਾਰ ਦੇ ਉੱਤੇ ਔਰ ਜੋ ਸਾਡਾ ਉਸ ਟਾਈਮ ਦਾ ਜਨਰਲ ਸੀ ਉਹਦੇ ਉੱਤੇ ਸਾਨੂੰ ਬਹੁਤ ਗੁੱਸਾ ਉਹਦੇ ਉੱਤੇ। ਜੇ ਗੱਲ ਕਰੀਏ ਆਪਾਂ ਉਹੀ ਭਰਤੀ ਦੀ, ਅਤੇ ਅਗਨੀਵੀਰ ਜਿਹੜਾ ਭਰਤੀ ਕੀਤਾ ਸੀ ਅੰਮ੍ਰਿਤਪਾਲ ਸਿੰਘ ਜੀ, ਅਸੀਂ ਅੱਜ ਤੋਂ 1.5-2 ਸਾਲ ਪਹਿਲਾਂ ਬਹੁਤ ਇਹਦੇ ਵਾਸਤੇ ਸੰਘਰਸ਼ ਕੀਤਾ ਸੀ ਵੀ ਸਕੀਮ ਨਾ ਚਲਾਈ ਜਾਵੇ, ਇਹ ਨੌਜਵਾਨਾਂ ਲਈ ਮਾਰੂ ਸਕੀਮ ਹੈ, ਇਹ ਸਾਡੇ ਭਾਰਤ ਲਈ ਮਾਰੂ ਸਕੀਮ ਹੈ, ਪਰ ਉਸ ਸਕੀਮ ਦੇ ਅੱਜ ਰਿਜ਼ਲਟ ਆਉਣੇ ਸ਼ੁਰੂ ਹੋ ਗਿਆ। ਜੋ ਪਹਿਲਾ ਰਿਜ਼ਲਟ ਆਇਆ ਅਗਨੀਵੀਰ ਅੰਮ੍ਰਿਤਪਾਲ ਸਿੰਘ ਜੀ ਪਿੰਡ ਕੋਟਲੀ ਜ਼ਿਲ੍ਹਾ ਮਾਨਸਾ, ਇਸ ਤਰ੍ਹਾਂ ਸਨਮਾਨ ਜਿਵੇਂ ਦਿੱਤੇ ਜਾਂਦੇ ਆ, ਹਨਾ ਵੀ ਆਮ ਤੌਰ 'ਤੇ ਆਪਾਂ ਕੋਈ ਵੀ ਉਹਨੂੰ ਸਨਮਾਨ ਦਿੰਦੇ ਹਾਂ, ਖਾਸ ਕਰਕੇ ਜਦੋਂ ਇਸ ਤਰ੍ਹਾਂ ਦੀ ਸਥਿਤੀ ਆਉਂਦੀ ਹੈ, ਇਹ ਜਮਾਂ ਹੀ ਭੁੱਲ ਗਏ ਵਸਾਰ ਹੀ ਦਿੱਤਾ, ਕੀ ਲੱਗਦਾ? ਦੇਖੋ ਜੀ, ਮੈਂ ਤੁਹਾਨੂੰ ਦੱਸਾਂ, ਤੁਹਾਡੇ ਚੈਨਲ ਦੇ ਮੱਧਿਆ ਰਾਹੀਂ ਦੱਸਾਂ ਕਿ ਆਪਾਂ ਸਾਰੇ ਪਰਿਵਾਰਕ ਬੰਦੇ, ਆਪਾਂ ਗ੍ਰਹਿਸਥੀ ਜੀਵ ਜੀਨੇ, ਆਪਾਂ ਘਰ ਦੇ ਵਿੱਚ ਕੁੱਤਾ ਵੀ ਰੱਖੀਏ ਜਾਂ ਆਪਾਂ ਕਬੂਤਰ ਵੀ ਰੱਖੀਏ, ਉਹਨੂੰ ਆਪਾਂ ਰੋਟੀ ਪਾਉਂਦੇ ਹਾਂ, ਬੜਾ ਪਿਆਰ ਕਰਦੇ ਹਾਂ, ਆਪਣੇ ਘਰ ਦੀ ਰਾਖੀ ਰੱਖਦਾ ਉਹ, ਪਰ ਕਿਸੇ ਦਿਨ ਕਿਤੇ ਉਹਦਾ ਕੋਈ ਐਕਸੀਡੈਂਟ ਹੋ ਜਾਵੇ ਜਾਂ ਉਹਦੀ ਕੋਈ ਗੱਲ ਵਰਤ ਜਾਵੇ ਤਾਂ ਆਪਾਂ ਨੂੰ ਉਹਨੂੰ ਬੜੇ ਆਦਰ ਸਨਮਾਨ ਨਾਲ ਆਪਣੇ ਦਿਲ ਦੇ ਅੰਦਰ ਪਿਆਰ ਹੁੰਦਾ ਕਿ ਸਾਡੇ ਘਰ ਦਾ ਇੱਕ ਰਾਖਾ ਸੀਗਾ। ਪਰ ਅੰਮ੍ਰਿਤਪਾਲ ਸਿੰਘ ਜੀ ਤਾਂ ਸਾਡਾ ਦੇਸ਼ ਦਾ ਰਾਖਾ ਸੀਗਾ, ਜਿਹਨੇ ਬਾਰਡਰ ਦੇ ਉੱਤੇ DCB ਦੇ ਉੱਤੇ ਖੜ ਕੇ ਲੜਾਈ ਲੜੀ ਹੈ, ਉਹਦੇ ਗੋਲੀ ਲੱਗੀ ਹੈ, ਉਹ ਗੋਲੀ ਕਿੱਥੋਂ ਆਈ ਹੈ, ਹੁਣ ਉਸ ਚੀਜ਼ ਨੂੰ ਛੁਪਾਉਣ ਵਾਸਤੇ ਇਹ ਕੋਰਟ ਇਨਕੁਆਰੀਆਂ ਰੱਖਤੀਆਂ ਇਹਨਾਂ ਨੇ, ਕਿਉਂ? ਕਿਉਂਕਿ ਇਹ ਜਿਹੜਾ DCB ਹੁੰਦੀ ਆ ਜਾਂ IS ਹੁੰਦੀ ਆ ਜਾਂ ਅਸੀਂ ਕੋਈ ਵੀ ਟ੍ਰੇਨਿੰਗ ਕਰਨ ਜਾਂਦੇ ਹਾਂ, ਉਹਨੂੰ ਲੜਾਈ ਮੰਨਿਆ ਜਾਂਦਾ, ਉਹਦੇ 'ਚ ਕੋਈ ਵੀ ਐਕਸੀਡੈਂਟ ਹੋ ਜਾਵੇ ਉਹਨੂੰ ਪੂਰੇ ਬੈਨੀਫਿਟ ਮਿਲਦੇ ਆ, ਇਹ ਬੈਨੀਫਿਟ ਅੰਮ੍ਰਿਤਪਾਲ ਸਿੰਘ ਜੀ ਨੂੰ ਮਿਲਣੇ ਚਾਹੀਦੇ ਆ। ਜੇ ਮੋਦੀ ਦੀ ਸਰਕਾਰ ਇਹਨਾਂ ਨੂੰ ਬੈਨੀਫਿਟ ਦੇ ਦੂਗੀ ਠੀਕ ਹੈ, ਨਹੀਂ ਤਾਂ ਉਹਦਾ ਇਸ ਐਤਵਾਰ ਨੂੰ 22 ਤਰੀਕ ਨੂੰ ਉਹਦਾ ਅੰਤਮ ਅਰਦਾਸ ਹੈਗੀ ਹੈ, ਉੱਥੇ ਅਸੀਂ ਸਾਰੇ ਸਾਬਕਾ ਸੈਨਿਕ ਪੂਰੇ ਪੰਜਾਬ ਦੇ ਜਾਂ ਲੱਗਦੀਆਂ ਨੇੜੇ ਸਟੇਟਾਂ ਦੇ ਅਸੀਂ ਉੱਥੇ ਭੋਗ ਦੇ ਉੱਤੇ ਇਕੱਠੇ ਹੋ ਰਹੇ ਹਾਂ, ਉੱਥੇ ਅਸੀਂ ਆਪਦੀ ਅਗਲੀ ਵਿਉਂਤਬੰਦੀ ਬਣਾਵਾਂਗੇ ਵੀ ਕਿਹੜੇ ਤਰੀਕੇ ਨਾਲ ਸਾਨੂੰ ਭਾਰਤ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ,
इस अग्निवीर जी अग्निपथ स्कीम चलाई है वह असी विरोध करा और असी बंद कराने वास्ते असी पूरा सानू रेलां रोकनिया पी रेलां रोकांगे जो भी सानू करना पिया जे सानू सदन घेरना पिया जाके दिल्ली दे विच असी सदन भी घेरांगे असी हर तरह के संघर्ष करांगे इस स्कीम नू बंद कराने वास्ते जे मोदी सरकार स्कीम बंद कर दूगी ठीक है नहीं तो असी पूरे संघर्ष छेड़ांगे एतवार नू दी अंतम अरदास तों बाद देखो जी मैं पंजाब सरकार का वैसे असी जिहड़ा साडा अहुदा है मुख्यमंत्री का भगवंत मान जी का असी उहदा सत्कार करते हैं देर आई दुरुस्त आई चलो पहुँचे तो है परिवार को परिवार को मदद तो दी है पर गुस्सा सानू ये भी हैगा कि उतों का कोई भी चुनिया हुआ नुमाइंदा आम पार्टी का एम एल ए जां उतों का डीसी जां उतों का कोई चेयरमैन जां एम पी कोई भी साडे अमृतपाल सिंह जी दे जो अंतम विदाई दे रहे थे उन्होंने उत्थे कोई भी नहीं पहुँचा वो साढ़े मन च गुस्सा है बाकी उतों का प्रशासन पुलिस प्रशासन एस एस पी साहब डी एस पी साहब उतों का एस एच ओ साहब ज उतों के जो जवान उन्होंने सलामी दे के गए असं उन्हों का धन्यवाद करते हैं तो ये सानू ये भी पता लग्या सी कि जिहड़ा अमृतपाल सिंह जी छुट्टी कट के थोड़े चिर हो गए उन्होंने गया सी महीना क हो गया वो अपनी भैन का रिश्ता भी मंगनी करा के भी गया सी तो डेढ़ महीने बाद उदी भैन की जिहड़ी शादी है और पता नहीं कि वह भोग तो बाद पता लगेगा कि उन्होंने शादी पिछे करती कि जां उही टाइम रखा हुआ पर उह टाइम तां क्यों रखणगे क्योंकि एक बहुत वड्डी सट वज्जी उहदे मां प्यो नूं दिल दे विच बहुत वड्डी सट लगी है पर असी अज सारे साबका सैन खड़े हैं असी उहदी भैन दे विआह दे उत्ते उहदी अंतम अरदास दे विच असी जावांगे उस तों बाद उत्थे सानूं पता लग जाऊगा उहदी भैन दा विआह कदों है असी वो आपदी बेटी दे विआह दे उत्ते एक बाप दा रूप धार के एक भरा दा रूप धार के जिन्नी भी साढ़े कोल तिल फुल दी मदद होई असी उहदी जरूर मदद करके आवांगे इत्थों तिकर कि वी जिथे वो आपदे सहुरिआं पिंड विआही जाऊगी असी उत्थों तिकर दी भी उस परिवार दे नाल मोढ़े नाल मोढ़ा ला के रखांगे कि साडी भैण उस घर सुखी वसदी रहे असी यह उस परिवार दे नाल वादा करदे हां। अगे उम्मीदवार मूसे वाला कुछ शरीर का भारा ही मेरा ख्याल थक गया लगता है मैनू एम एल ए ना खिंच के ना शरीर खिंचता खिंचता 69 खिंचता खिंचता यह थक बाला गया तो हूँ ये आराम फरमा रहा है ताइयों करके ये संस्कार से नहीं आ सकया। वेखो किड्डी शर्मनाक गल है जी ये वास्ते ये इनू शर्म आनी चाहिए यहोजे एम एल ए इनू डुब के मर जाना चाहिए कि तेरे ना का तो तेरा तो मानसा का ना उच्चा किया शहीद ने शहीदी प्राप्त करके तो तू बांदरा उत्थे गया नहीं तेनू जाना चाहिए सी उत्थे तेनू उन्होंने परिवार के मोढ़े नाल मोढ़े नाल मोढ़ा ला के खड़ना चाहिए सी तेनू सेंटर सरकार की तू एम एल ए सां तेरे मूहों ज्यादा गल फबनी सी तू सेंटर सरकार की उत्थे नखैदी कर दो उत्थे खलो खलो के उन्होंने पिट दो रोंदो भी मेरे शहीद नू शहीद का दर्जा क्यों नहीं दिता गया तो तू चुप करके घरे बह गया ये तेरे वास्ते बहुत माड़ी गल आ शर्म वाली गल है जी।